ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵੱਲੋਂ ਦਾਗੀ ਸਿਆਸਤਦਾਨਾਂ ਦੇ ਮਾਮਲੇ ਵਿੱਚ ਦਿੱਤੇ ਫੈਸਲੇ ਤੇ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਹ ਪ੍ਰਵਾਨ ਕਰ ਲੈਣਾ ਚਾਹੀਦਾ। ਮੁੱਖ ਮੰਤਰੀ ਬਾਦਲ ਚੰਡੀਗੜ੍ਹ ਵਿਖੇ ਨਬਾਰਡ ਦੇ 32ਵੇਂ ਸਥਾਪਨਾ ਦਿਵਸ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਸੁਪਰੀਮ ਕੋਰਟ ਵੱਲੋਂ ਦਾਗੀ ਸਿਆਸਤਦਾਨਾਂ ਦੇ ਮਾਮਲੇ ਵਿੱਚ ਦਿੱਤੇ ਫੈਸਲੇ ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਸੁਪਰੀਮ ਅਦਾਲਤ ਦਾ ਫੈਸਲਾ ਸਭ ਨੂੰ ਪ੍ਰਵਾਨ ਹੋਣਾ ਚਾਹੀਦਾ ਹੈ। ਜੋ ਕੁਛ ਸੁਪਰੀਮ ਕੋਰਟ ਕਹਤੀ ਹੈ ਵੋ ਲਾ ਹੁੰਦਾ ਹਮੇ ਹਮ ਕੋਈ ਜੁਡੀਸ਼ੀਅਲ ਵਰਡਿਕਟ ਕੋਈ ਵੀ ਹੋਗਾ ਵੋ ਹਮੇ ਸਭ ਕੋ ਮਾਨਨਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਮੀਡੀਆ ਹੀ ਹੜਾਂ ਦੇ ਨਾਮ ਤੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਿਹਾ ਹੈ ਜਦਕਿ ਅਜਿਹੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਏਬੀ ਅਗਰਵਾਲ ਵੱਲੋਂ ਨਦੀਆਂ ਤੇ ਕੀਤੇ ਨਜਾਇਜ਼ ਕਬਜ਼ਿਆਂ ਦੇ ਦੋਸ਼ ਵੀ ਰੱਦ ਕਰ ਦਿੱਤੇ ਨੇ। ਇਲੀਗਲ ਕਬਜ਼ਾ ਕਹੀਂ ਨਹੀਂ ਹੋ ਰਿਹਾ। ਵੈਸੇ ਇਹ ਹੈ ਕਿ ਜੇ ਦਰਿਆ ਹੈ ਇਹ ਬਹੁਤ ਸਾਰੇ ਦਰਿਆ ਕਾ ਏਰੀਆ ਲੋਕੋਂ ਕੀ ਪ੍ਰਾਈਵੇਟ ਪ੍ਰਾਪਰਟੀ ਮਤਲਬ ਗਵਰਨਮੈਂਟ ਪ੍ਰਾਪਰਟੀ ਨਹੀਂ ਹੈ ਪ੍ਰਾਈਵੇਟ ਪਾਰਟੀ ਹੈ ਉਸਮੇ ਉਹ ਖੇਤੀ ਵੀ ਕਰਤੇ ਹੈ ਔਰ ਮਕਾਨ ਵੀ ਉਨਕੇ ਹੈ ਜੇ ਪਾਰਟੀ ਜਿਤਨਾ ਉਹਨੇ ਤਾਂ ਕੁਛ ਕੰਮ ਕਹਾ ਤੁਮ ਆਪ ਜ਼ਿਆਦਾ ਸ਼ੁਰੂ ਕਰ ਦਿਆ ਡੋਂਟ ਕ੍ਰੀਏਟ ਪੈਨਿਕ ਜੋ ਹੈ ਹਮ ਪੂਰੇ ਉਸਕੇ ਲੀਏ ਤਿਆਰ ਹੈ ਮੀਟਿੰਗ ਹੋ ਚੁੱਕੀ ਹੈ ਡੀ ਸੀ ਕੰਸਰਨ ਕੋ ਬੁਲਾ ਲਿਆ ਹੈ ਔਰ ਉਸਕੇ ਲੀਏ ਕੋਈ ਪੂਰੇ ਬੰਦੋਬਸਤ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਨੂੰ ਬੀਜੇਪੀ ਦਾ ਅੰਦਰੂਨੀ ਮਸਲਾ ਦੱਸਿਆ ਉੱਥੇ ਹੀ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਸਰਕਾਰ ਤੇ ਖਰੀਦੇ ਜਾ ਰਹੇ ਨਵੇਂ ਹੈਲੀਕਾਪਟਰ ਅਤੇ BMW ਕਾਰਾਂ ਦੇ ਮਾਮਲੇ ਨੂੰ ਬੇਲੋੜਾ ਆਖਿਆ ਹੈ। ਇਹ ਬੀਜੇਪੀ ਕੀ ਸੀਟ ਹੈ ਬੀਜੇਪੀ ਨੇ ਕੈਂਡੀਡੇਟ ਸਿਲੈਕਟ ਕਰਨਾ ਹੈ ਹਮਨੇ ਕੋਈ ਸਿਲੈਕਟ ਨਹੀਂ ਕਰਨਾ ਕੈਂਡੀਡੇਟ ਬੀਜੇਪੀ ਉਨਕੋ ਦੇਗੀ ਸਿੱਧੂ ਸਾਹਿਬ ਕੋ ਬੀਬੀ ਜੀ ਕੋ ਦੇ ਦੇਂਗੇ ਹਮ ਦਿਨ ਰਾਤ ਇਹ ਕਰਕੇ ਉਨਕੋ ਜਿਤਾ ਦੇ ਇਹ ਹਮਾਰੀ ਉਸ ਸੀਟ ਸੇ ਕੋਈ ਤਲਕ ਨਹੀਂ ਨਾ ਹਮਨੇ ਉਹ ਲੜਨੀ ਹੈ ਨਾ ਹਮਾਰੇ ਕੋਟੇ ਦੇਖੋ ਇੱਕ ਤੁਸੀਂ ਕਾਂਗਰਸ ਜਿਹੜਾ ਸਮਝ ਜਿਹੜਾ ਕੋਈ ਆਖਿਆ ਕਰੇ ਨਾ ਉਹਨੂੰ ਉਲਟਾ ਕਰ ਲਿਆ ਕਰੋ ਉਹ ਠੀਕ ਹੁੰਦਾ ਉਹ ਤਾਂ ਉਹਨਾਂ ਕੋਲ ਕੋਈ ਗੱਲ ਨਹੀਂ ਸਿਰਫ ਝੂਠੇ ਬਿਆਨ ਝੂਠੇ ਇਲਜ਼ਾਮ ਕੋਈ ਗੌਰਮੈਂਟ ਹਿੰਦੁਸਤਾਨ ਦੀ ਹੈ ਜਿਹਦੇ ਕੋਲ ਜਹਾਜ਼ ਨਹੀਂ ਹਿਮਾਚਲ ਕੋਲ ਦੋ ਨੇ ਮਤਲਬ ਮਿਨੀਮਮ ਦੋ ਸਾਰੀ ਸਟੇਟ ਕੋਲ ਕਈ ਕੋਲ ਦਸ ਦਸ ਕੱਲ੍ਹ ਨੂੰ ਕਹੋਗੇ ਕਿ 10 ਕਾਰਾਂ ਕਿਉਂ ਨੇ ਜਿਹੜੇ ਕੰਮ ਚਲਾਉਣ ਵਾਸਤੇ ਕੰਮ ਹੁੰਦੇ ਆ ਸਟੇਟ ਗੌਰਮੈਂਟ ਕੋਈ ਹਿੰਦੁਸਤਾਨ ਦੀ ਨਹੀਂ ਜਿਹਦੇ ਕੋਲ ਹੈਲੀਕਾਪਟਰ ਸਾਡੇ ਕੋਲ ਤਾਂ ਇੱਕੋ ਹੀ ਹੈ ਇਸ ਕਰਕੇ ਇਹਦੇ 'ਚ ਕੀ ਗੱਲ ਹੈ ਕੋਈ BMW ਕੁਛ ਨਹੀਂ ਜੀ ਹੈਲੀਕਾਪਟਰ ਜ਼ਰੂਰ ਲਿਆ ਉਹ ਪੁਰਾਣਾ ਜਿਹੜਾ ਹੈਲੀਕਾਪਟਰ ਸੀ ਉਹਦਾ ਐਕਸੀਡੈਂਟ ਹੋ ਗਿਆ ਠੀਕ ਨਹੀਂ ਸੀ ਨਾਲੇ ਉਹ ਕਿਰਾਏ 'ਤੇ ਸੀ ਕਿਰਾਇਆ ਜ਼ਿਆਦਾ ਦੇਣਾ ਪੈਂਦਾ ਜੇ ਆਪਦਾ ਹੋਵੇ ਤਾਂ ਬੈਂਕ ਦੀ ਕਿਸ਼ਤ ਕੱਟ ਦੇਣੀ ਪੈਂਦੀ ਇਕਨੋਮੀਕਲ ਵੀ ਹੈ ਔਰ ਸਟੇਟ ਗੌਰਮੈਂਟ ਦਾ ਵੀ ਹੈ ਪ੍ਰਾਪਰਟੀ ਵੀ ਸਟੇਟ। ਸੁਪਰੀਮ ਕੋਰਟ ਵੱਲੋਂ ਦਾਗੀ ਸਿਆਸਤਦਾਨਾਂ ਦੀ ਪੱਕੀ ਛੁੱਟੀ ਕਰਨ ਦੇ ਮਾਮਲੇ ਵਿੱਚ ਦਿੱਤੇ ਫੈਸਲੇ ਨਾਲ ਇੱਕ ਵਾਰ ਹੜਕੰਪ ਮੱਚ ਗਿਆ ਹੈ। ਉਧਰ ਦੇਸ਼ ਦੇ ਸਭ ਤੋਂ ਸੀਨੀਅਰ ਮੰਨੇ ਜਾਂਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਫੈਸਲੇ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ ਪਰ ਇਹ ਸਮਾਂ ਹੀ ਦੱਸੇਗਾ ਕਿ ਕਾਨੂੰਨ ਘੜਨ ਵਾਲੇ ਲੋਕ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਮਲੀ ਤੌਰ ਤੇ ਪ੍ਰਵਾਨ ਕਰਦੇ ਨੇ ਜਾਂ ਫਿਰ ਕੋਈ ਨਵਾਂ ਰਾਹ ਲੱਭਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਰੁਮਾਣਾ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੇ ਨਾਲ ਇੰਦਰਜੀਤ ਕੌਰ ਡੇ ਨਾਈਟ ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦੇਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।